ਕੁਛ ਨਹੀਂ ਜੀ, ਅਸੀਂ ਅੱਜ ਇੱਥੇ ਸ਼ਾਹਪੁਰ ਰੋਡ 'ਤੇ ਆਪਣੇ ਬੂਥ 'ਤੇ ਬਹਿ ਕੇ ਕੰਮ ਕਰ ਰਹੇ ਸੀ, ਉੱਧਰੋਂ ਰਾਜਾ ਵੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਅਤੇ ਕਹਿੰਦੇ ਚਾਹ ਦਾ ਕੱਪ ਪੀਣਾ, ਅਤੇ ਅਸੀਂ ਤਾਂ ਚਲੋ ਜੀ ਆਇਆਂ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜਵਾਏ ਤੋਂ ਆਏ ਨੇ, ਚੰਡੀਗੜ੍ਹ ਰਹਿੰਦੇ ਨੇ, ਤਾਂ ਕਰਕੇ ਕਹਿੰਦੇ ਚਾਹ ਪੀਣੀ ਆ। ਮੈਂ ਕਿਹਾ ਆ ਜਾਓ ਚਾਹ ਪੀ ਲਈਏ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ, ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ, ਨਾ ਤਾਂ ਕਿਤੇ ਚਾਹ ਦੀ ਚਾਹ ਪਿਲਾਈ ਹੈ ਕਿਸੇ ਕਾਂਗਰਸੀ ਨੇ, ਨਾ ਕੋਈ ਆਮ ਬੰਦਾ ਪਿਲਾ ਰਿਹਾ, ਤੁਸੀਂ ਵਧੀਆ ਚਾਹ ਪਿਲਾ ਦਿਓ। ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ, ਕਿਉਂਕਿ ਮੈਂ ਬਾਹਰਲਾ ਆਗੂ ਹਾਂ, ਮੈਨੂੰ ਲੁਧਿਆਣੇ ਬਾਰੇ ਕੁਛ ਨਹੀਂ ਪਤਾ, ਅਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਿਆਣੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ, ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਹੋ, ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆਏ ਨੇ ਅੱਜ। ਇੱਕ ਜਿਹੜੇ ਸੈਨ ਤੋਮਰ ਦੇ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲੜਕਾਰਿਆ ਵੀ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ, ਇਹ ਤਾਂ ਪੋਲੀਟੀਕਲ ਆਪ ਹੀ ਕਰਾਉਂਦੇ ਨੇ, ਇਹਨਾਂ ਦੀ ਆਦਤ ਹੈ। ਪਹਿਲਾਂ ਉਹ ਗੱਲ ਹੈਗੀ ਹੈ 11:15 ਦੀ, ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਆਪ ਨੂੰ ਵੋਟਾਂ ਕਨਵਰਟ ਕਰਾ ਲਈਏ, ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਅਤੇ ਖਾਸ ਕਰਕੇ ਜਿਹੜਾ ਈਸਾ ਨਗਰੀ ਉਹ ਲੁਧਿਆਣੇ ਸੈਂਟਰਲ ਦਾ ਏਰੀਆ, ਉਹ ਸਾਡਾ ਪਰਿਵਾਰ ਹੈ, ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਇਹ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ। ਇਹਨਾਂ ਨੇ ਪੋਲੀਟੀਕਲ ਸਟੰਟ 2-3 ਕੀਤੇ ਸੀਗੇ, ਉਹ ਫੇਲ ਹੋ ਗਏ, ਤਾਂ ਕਰਕੇ ਹੁਣ ਇਹਨਾਂ ਨੂੰ ਲੱਗਿਆ ਚੱਲ ਕੇ ਉਹਨਾਂ ਦੇ ਦਰ 'ਤੇ ਹੀ ਚੱਲ ਜਾਓ ਅਤੇ ਨਾਲੇ ਵਧੀਆ ਚਾਹ ਪਿਲਾ ਦੂਗੇ ਅਤੇ ਉਹਨਾਂ ਨੂੰ ਸਮਰਥਨ ਦੇ ਇਲੈਕਸ਼ਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਸੀਗਾ ਕਿ ਮੈਂ 1 ਤਰੀਕ ਨੂੰ ਪੱਪੀ ਦੇ ਘਰ ਚਾਹ ਪੀਣਾਉਂਗਾ, ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜਿੱਤੂ ਕਰਾਂ, ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕ 1 ਤਰੀਕ ਨੂੰ ਹੀ ਆ ਗਏ। ਸਰ ਦੇਖੋ ਇਹ ਗੱਲ ਤਾਂ ਹੁਣ ਉਹ ਹੀ ਦੱਸ ਸਕਦਾ, ਅਸੀਂ ਬੂਥਾਂ 'ਤੇ ਬੈਠੇ ਆਪਣੇ ਕੰਮ ਕਰਦੇ ਪਏ ਸੀ, ਇਹ ਦੇਖੋ ਹੱਥ 'ਚ ਨਹੀਂ ਸਰ, ਉਹ ਤਾਂ ਆਉਂਦੇ ਹੀ ਸਰੈਂਡਰ ਕਰ ਗਏ, ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ, ਇੱਕ ਤਰਫਾ ਪੱਪੀ ਜੀ ਜਿੱਤ ਰਹੇ ਨੇ, ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ, ਅੱਜ ਦੇ ਦਿਨ 1 ਨੰਬਰ ਬਟਨ 'ਤੇ ਠਾਠਾ ਵੋਟਾਂ ਪੈ ਗਏ। ਹਾਂਜੀ ਹੁਣ ਕੀ ਮੈਂ ਆਪਣੇ ਮੂੰਹੋਂ ਕੀ ਕਹਿਣਾ, ਤੁਸੀਂ ਨਹੀਂ ਸਰ ਦੇਖੋ ਅਸੀਂ ਇੱਦਾਂ ਕਿਸੇ ਨੂੰ ਉਹ ਇਮੋਸ਼ਨਲ ਨਹੀਂ ਕਰਦੇ, ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ, ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ, ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ, ਕਿਉਂਕਿ ਗਿੱਦੜਵਾਏ ਤੋਂ ਆਏ ਨੇ, ਚੰਡੀਗੜ੍ਹ ਰਹਿੰਦੇ ਨੇ, ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲੁਧਿਆਣੇ ਬਾਰੇ ਨਹੀਂ ਪਤਾ। ਅੱਜ ਵੋਟਾਂ ਦਾ ਦਿਨ ਹੈ, ਤੁਸੀਂ ਦੇਖੋ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ, 1 ਘੰਟਾ ਕਿਸੇ ਦੇ ਘਰੇ ਬਹਿਣਾ, ਉਹ ਵੀ ਓਪੋਜੀਸ਼ਨ ਕੈਂਡੀਡੇਟ ਦੇ, ਉਹ ਵਿਚਾਰੇ ਬਹੁਤ ਮਜਬੂਰ ਨੇ, ਉਹ ਆਏ ਸੀਗੇ ਸਮਰਥਨ ਦੇ ਗਏ ਨੇ, ਪਰ ਅਸੀਂ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਦੇ ਨਾਲ ਨਹੀਂ, ਤੁਸੀਂ ਜਿਹੜੇ ਉਹਨਾਂ ਦੇ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ, ਅੱਜ ਜਿੰਨੇ ਇਹਨਾਂ ਦੇ XML ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ, ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20-25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹ ਦੀ ਚਾਹ ਨਹੀਂ ਪਿਲਾਈ, ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ। ਹਾਂਜੀ ਸਰ ਉਹ ਥੋੜ੍ਹੇ ਜਿਹੇ ਇਮੋਸ਼ਨਲ ਸੀਗੇ, ਉਹ ਸੋਚ ਕੇ ਕੁਛ ਹੋਰ ਆਏ ਸੀਗੇ, ਉਹ ਜਿੱਦਾਂ ਕਹਿੰਦੇ ਉਹ ਠੱਗਿਆ ਮਹਿਸੂਸ ਕਰ ਰਹੇ ਸੀ, ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ, ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆਏ ਗਏ, ਉਹਨਾਂ ਨੂੰ ਪਤਾ ਲੱਗ ਗਿਆ ਘੰਟਾ ਘਰ ਦੀ ਜੜ੍ਹਾਂ 'ਚ ਪੱਪੀ ਜੀ ਬੈਠੇ ਨੇ, ਲੁਧਿਆਣਾ ਵਾ ਜਿਹੜਾ ਉਹ ਤਾਂ ਪੱਪੀ ਜੀ ਦੇ ਨਾਲ ਹੈ, ਇਸ ਕਰਕੇ ਅੱਜ ਉਹ ਸਰੈਂਡਰ ਕਰਨ ਆਏ। ਕਾਂਗਰਸੀ ਵਰਕਰ ਨੇ ਜਾਂ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਕਿਛ ਨਹੀਂ ਕੀਤੀ, ਤੇ ਲੱਗਦਾ ਕਿਤੇ ਨਾ ਕਿਤੇ ਮਨ ਦੇ ਵਿੱਚ ਉਹਨਾਂ ਦੇ ਰੋਸ ਸੀਗਾ। ਸਰ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀਗਾ, ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ, ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ, ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ, ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ, ਵਧੀਆ ਹੋਊਗਾ, ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਵੋਟ ਪਾਊਗੀ, ਸਰੈਂਡਰ ਕਰਦੇ ਹਾਂ।